ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨਣ ਤੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੇ ਦਿੱਤੇ ਬਿਆਨ ਤੇ ਲੁਧਿਆਣਾ ਵਿਚ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਟਿੱਪਣੀਆਂ ਕਰਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਫੈਸਲੇ ਦਾ ਸਿਹਰਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਦੋਸਤੀ ਦੇ ਚਲਦਿਆਂ ਇਮਰਾਨ ਖਾਨ ਨੇ ਇਹ ਫੈਸਲਾ ਲਿਆ ਅਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੇ ਰਾਸ਼ਟਰੀ ਆਗੂ ਹੋਣ ਦੇ ਨਾਤੇ ਕੈਪਟਨ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਸਾਰਿਆਂ ਦੇ ਕੈਪਟਨ ਹਨ। ਪਹਿਲਾਂ ਤਾਂ ਬਹੁਤ ਬੜੀ ਗੱਲ ਜਿਹੜੀ ਕਰਤਾਰਪੁਰ ਸਾਹਿਬ ਲਾਂਘੇ ਵਾਲੀ ਗੱਲ ਹੋਈ ਆ, ਜਿੱਥੇ ਉਹ 'ਚ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਸਭ ਤੋਂ ਵੱਡਾ ਜਿਹੜਾ ਪਾਕਿਸਤਾਨ ਗਵਰਨਮੈਂਟ ਨੇ ਜਿਹੜਾ ਫੈਸਲਾ ਕੀਤਾ ਹੈ ਉਹਦੇ ਲਈ ਬਹੁਤ ਵੱਡਾ ਸ਼੍ਰੇਅ ਆ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਜਾਂਦਾ। ਕਿਉਂ ਜਾਂਦਾ? ਕਿਉਂਕਿ ਇੱਕ ਦੋਸਤੀ, ਇੱਕ ਯਾਰੀ ਦੇ ਤੌਰ 'ਤੇ ਜਿਹੜਾ ਇਮਰਾਨ ਖਾਨ ਜੀ ਨੇ ਇਹ ਫੈਸਲਾ ਕੀਤਾ ਉਹ ਸ਼ਲਾਘਾਯੋਗ ਆ। ਅਤੇ ਨਵਜੋਤ ਸਿੱਧੂ ਜੀ ਇਸ ਗੱਲ ਲਈ ਉਹਨਾਂ ਨੇ 3 ਮਹੀਨੇ ਪਹਿਲਾਂ ਇਹ ਗੱਲ ਕਹਿਤੀ ਵੀ ਮੇਰਾ ਦੋਸਤ ਆ, ਮੇਰਾ ਯਾਰ ਆ, ਇਹ ਕੰਮ ਸਿਰੇ ਚੜ੍ਹੇਗਾ। ਹਾਂ, ਜਿੱਥੇ ਤੱਕ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਨੇ ਇੱਕਦਮ ਆ ਕੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਤੈਲੰਗਾਨਾ ਦੇ ਵਿੱਚ ਇਹ ਗੱਲ ਹੋਈ ਲੱਗਦੀ ਆ, ਉਹ ਇੱਕ ਦੋ ਗੱਲਾਂ ਨੇ ਉਹਦੇ ਵੀ ਮੈਂ ਤੁਹਾਡਾ ਸਪਸ਼ਟ ਕਰੂੰਗਾ ਵੀ ਕਿਸ ਲਹਿਜੇ ਨਾਲ ਮੀਡੀਆ ਨਾਲ ਗੱਲ ਕਰ ਰਹੇ ਸੀ, ਮੀਡੀਆ ਕੀ ਪੁੱਛ ਰਿਹਾ ਸੀ, ਉਹ ਆਪਾਂ ਨੂੰ ਪਤਾ ਨਹੀਂ ਉਹਨਾਂ ਦੇ ਜਵਾਬ ਪਤਾ ਹੈ। ਹਾਂ, ਜਿੱਥੇ ਤੱਕ ਗੱਲ ਕੈਪਟਨ ਸਾਹਿਬ ਦੀ ਆ, ਕੈਪਟਨ ਦੀ ਆ, ਉਹ ਸਪਸ਼ਟ ਗੱਲ ਆ ਵੀ ਦੇਸ਼ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਹੁਲ ਗਾਂਧੀ ਅਤੇ ਉਹੀ ਕੈਪਟਨ ਨੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਪੰਜਾਬ ਦੇ ਸਾਰਿਆਂ ਦੇ ਕੈਪਟਨ ਅਮਰਿੰਦਰ ਸਿੰਘ ਜੀ ਕੈਪਟਨ ਨੇ। ਇਹ ਗੱਲ ਕਿਉਂਕਿ ਪਾਰਟੀ ਡਿਸਪਲਿਨ ਹੁੰਦਾ, ਪਾਰਟੀ ਦੇ ਵਿੱਚ ਇੱਕ ਵਿਚਾਰਧਾਰਾ ਹੁੰਦੀ ਹੈ, ਇੱਕ ਲਾਈਨ ਹੁੰਦੀ ਹੈ ਜਿਹੜੀ ਅਸੀਂ ਕ੍ਰੋਸ ਨਹੀਂ ਕਰ ਸਕਦੇ। ਉਹਨਾਂ ਨੇ ਆਪਣਾ ਫਾਦਰ ਦੱਸਿਆ ਉਹਨਾਂ ਨੂੰ, ਪਰ ਮੈਂ ਤੁਹਾਨੂੰ ਸਪਸ਼ਟ ਕਰ ਦਿੰਦਾ 3 ਤਰੀਕ ਨੂੰ ਕੈਬਨਿਟ ਮੀਟਿੰਗ, ਕੰਪੇਨ ਖਤਮ ਹੋਣ 'ਤੇ ਜਿੱਦਣ ਉਹ ਪੰਜਾਬ 'ਚ ਆਉਣਗੇ, ਉਹਨਾਂ ਨੇ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਬਜ਼ੁਰਗ ਫਾਦਰ ਫਿਗਰ ਮੰਨਿਆ ਅਤੇ ਮੇਰੀ ਗੱਲ ਵੀ ਹੋਈ ਆ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ, ਉਹ ਆ ਕੇ ਇਹ ਗੱਲ ਸਪਸ਼ਟ ਕਰਨਗੇ ਵੀ ਮੇਰਾ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਅਤੇ ਮੇਰੇ ਫਾਦਰ ਫਿਗਰ ਨੇ, ਮੈਨੂੰ ਉਹਨਾਂ ਦਾ ਆਸ਼ੀਰਵਾਦ ਆ, ਉਹ ਆਸ਼ੀਰਵਾਦ ਪੈਰੀਂ ਹੱਥ ਲਾ ਕੇ ਵੀ ਲੈਣਗੇ, ਇਹ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ।